ਸਤਿ ਸ੍ਰੀ ਅਕਾਲ ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ 81 ਪੋਸਟਾਂ ਜੂਨੀਅਰ ਇੰਜੀਨੀਅਰ ਸਿਵਲ ਅਤੇ 4 ਪੋਸਟਾਂ ਜੂਨੀਅਰ ਇੰਜੀਨੀਅਰ ਮਕੈਨਿਕਲ ਇਲੈਕਟ੍ਰੀਕਲ ਇਨ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪੰਜਾਬ ਵੱਲੋਂ ਕੱਢੀਆਂ ਗਈਆਂ ਹਨ ਇਸ ਵੀਡੀਓ ਵਿੱਚ ਅਸੀਂ ਇਸ ਦੀ ਪੂਰੀ ਡਿਟੇਲ ਨੂੰ ਡਿਸਕਸ ਕਰਾਂਗੇ 1 ਬਾਈ 1 is the qualification is the selection process is the examination fees online process aur main information sari assi is video vich discuss karange to friends video shuru karne to pehla agar tusi is channel de naye ho aj tak channel nu subscribe nahi kita to please pehla channel nu subscribe karo to is de naal bell icon nu press karo taaki har informative video da notification torde tak sab to pehla ponch sake to is de naal hi shuru karde hain aj di video ਜਿਸ ਦੇ ਵਿੱਚ ਰਿਕਰੂਟਮੈਂਟ ਹੈ ਜੀ 81 ਪੋਸਟਾਂ ਜੂਨੀਅਰ ਇੰਜੀਨੀਅਰ ਸਿਵਲ ਔਰ 4 ਪੋਸਟਾਂ ਹੈਗੀਆਂ ਜੂਨੀਅਰ ਇੰਜੀਨੀਅਰ ਮੈਕੈਨਿਕਲ ਔਬਲਿਕ ਇਲੈਕਟ੍ਰੀਕਲ ਇਲੈਕਟ੍ਰੀਕਲ ਔਰ ਮੈਕੈਨਿਕਲ ਦੋਨਾਂ ਦੀਆਂ 4 ਪੋਸਟਾਂ ਇਸ ਫਾਰਮ ਦਾ ਜਿਹੜਾ ਪ੍ਰੋਸੈਸ ਹੈ ਉਹ ਔਨਲਾਈਨ ਐਪਲੀਕੇਸ਼ਨ ਫਾਰਮ ਪ੍ਰੋਸੈਸ ਹੈ ਔਨਲਾਈਨ ਤੁਹਾਨੂੰ ਅਪਲਾਈ ਕਰਨਾ ਪਏਗਾ ਇਸ ਦੀ ਅਪਲਾਈ ਕਰਨ ਦੀ ਲਾਸਟ ਡੇਟ ਹੈ 18 12 2020 ਔਰ ਫੀਸ ਜਮ੍ਹਾਂ ਕਰਾਉਣ ਦੀ ਲਾਸਟ ਡੇਟ ਹੈ 28 12 2020 ਤੱਕ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਹੈ ਜੀ ਇਸ ਦੀ ਰਿਜ਼ਰਵੇਸ਼ਨ ਪੋਸਟਾਂ ਦੀ ਜੂਨੀਅਰ ਇੰਜੀਨੀਅਰ ਅਗਰਸੀ ਸਿਵਲ ਦੀ ਗੱਲ ਕਰੀਏ ਇਸ ਫਸਟ ਤੁਸੀਂ ਦੇਖ ਰਹੇ ਹੋ ਕੈਟਾਗਰੀ ਕੋਡ 71 ਨੇ ਜਨਰਲ ਕੈਟਾਗਰੀ ਵਾਸਤੇ ਨੇਮ ਆਫ ਕੈਟਾਗਰੀ ਇਸ ਦਿਨ ਪੋਸਟਾਂng ਹੈ ਜੀ 17 ਉਸ ਵੇਲੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ESMC ਜਾਂ LD ESMC ਪੰਜਾਬ 18 ਪੋਸਟਾਂ ਫ੍ਰੀडम फाइਟਰ 3 ਪੋਸਟਾਂ ਸਪੋਰਟਸ ਪਰਸਨ ਦੀਆਂ 6 ਪੋਸਟਾਂ ਪਰਸਨ ਵਿਦ ਡਿਸੇਬਿਲਟੀ ਪੰਜਾਬ ਦੀਆਂ 12 ਪੋਸਟਾਂ ਸ਼ਡਿਊਲ ਕਾਸਟ ਅਦਰ 2 ਪੋਸਟਾਂ ਸ਼ਡਿਊਲ ਕਾਸਟ ESMC 1 ਪੋਸਟ ਹੈ ਸ਼ਡਿਊਲ ਕਾਸਟ ਸਪੋਰਟਸ ਪਰਸਨ 2 ਬਾਲਮਿਕੀ ਦੋ ਪੋਸਟ ਹੈ ਬਾਲਮਿਕੀ ਮਜਬੀ ਸਿਕਸ ਦੋ ਪੋਸਟ ਹੈ ਬਾਲਮਿਕੀ ਮਜਬੀ ਸਿਕ ਸਪੋਰਟਸ ਪਰਸਨ ਦੋ ਹੈ ਔਰ ਬੈਕਵਰਡ ਕਲਾਸ ਦੋ ਉਸ ਤੋਂ ਬਾਅਦ ਹੈ ਜੀ ਬੈਕਵਰਡ ਕਲਾਸ ਇਸ ਐਸ ਐਮ ਚਾਰ ਹੈ ਔਰ ਇਕਨੋਮਿਕਲ ਵੀਕਰ ਸੈਕਸ਼ਨ ਦੀਆਂ ਅੱਠ ਪੋਸਟਾਂ ਔਰ ਟੋਟਲ ਇਹ ਆ ਗਈਆਂ ਜੀ ਸਿਵਲ ਦੀਆਂ 81 ਪੋਸਟਾਂ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਜੂਨੀਅਰ ਇੰਜੀਨੀਅਰ ਮਕੈਨੀਕਲ ਆਬਲੀਕ ਇਲੈਕਟ੍ਰੀਕਲ ਉਸ ਦੀਆਂ ਪੋਸਟਾਂ ਤੁਸੀਂ ਸਕਰੀਨ ਦੇ ਦਿਖ ਰਹੇ ਹੋ ई एस एम द एक है परसनल एक है कास्ट अदर एक है बाल्मीक मजहबी सिख एक है टोटल इस दोस्ट है जी चार हूँ असी इस पे स्केल की गल करते हैं तो पे स्केल है जी पैंती हज़ार चार सौ पे स्केल है जी पैंती हज़ार चार सौ उस तो आ गया जी इसेंशियल क्वालिफिकेशन अगर असि जूनियर इंजीनियर सिविल की गल करिए तो डिप्लोमा इन सिविल इंजीनियरिंग और इट्स इक्ुअलेंट हायर क्वालिफिकेशन फ्रॉम ए रेकोगनाइज यूनिवर्सिटी और इंस्टीट्यूशन और एनी अदर इंक्लेंट और हायर क्वालिफिकेशन रेकोगनाइज बाय द गवर्नमेंट दूसरी गल करिए जूनियर इंजीनियर मकैनिकल पब्लीक इलेक्ट्रिकल डिप्लोमा इन मकैनिकल और इलेक्ट्रिकल इंजीनियरिंग और इट्स इकुलेंट हायर क्वालिफिकेशन फ्रॉम ए रिकॉग्नाइज्ड यूनिवर्सिटी और इंस्टीट्यूशन और एनी अदर इंकुलेंट हायर क्वालिफिकेशन रिकॉग्नाइज्ड बाय द गवर्नमेंट और पंजाबी ऑफ द मैट्रिक और इट्स इकुलेंट स्टैंडर्ड यानी कि मैट्रिक पदर तक जी है पंजाबी पास होना लाजमी है उस तुम तो बाज की गल करिएज हैगी है जी, है, है है जी अठारह साल तो लैके 37 ਸਾਲ ਤੱਕ ਜਿਹੜੇ ਕੈਂਡੀਡੇਟ ਹੈ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਆ ਉਹਨਾਂ ਦੀ ਏਜ ਜਿਹੜੀ ਹੈ 1 1 2020 ਤੱਕ 18 ਤੋਂ ਲੈ ਕੇ 37 ਸਾਲ ਤੱਕ ਏਜ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਸ ਤੋਂ ਅਗਰ ਉੱਪਰ ਏਜ ਦੀ ਅੱਪਰ ਏਜ ਦੀ ਗੱਲ ਕਰਦੇ ਆ ਤੇ 45 ਤੱਕ ਉਹਨਾਂ ਦੀ ਏਜ ਕਨਸਿਡਰ ਕੀਤੀ ਜਾਏਗੀ ਜਿਹੜੇ ਜਾਂ ਤੇ ਪੰਜਾਬ ਕੋਮੇਟ ਦੇ EMPLOYEES ਹੈ ਜਾਂ ਕਾਰਪੋਰੇਸ਼ਨ ਦੇ ਹੈ ਜਾਂ ਕੋਈ ਸੈਂਟਰ ਦੇ ਗਵਰਨਮੈਂਟ এমਪਲਾਈ ਐ ਉਹਨਾਂ ਦੀ ਏਜ ਜਿਹੜੀ ਹੈ 45 ইয়ার تک কনসিডার ਕੀਤੀ ਜਾਏਗੀ। ਅਗਰ ਐਸਸੀ ਔਰ বিਸੀ ਕੈਟਾਗਰੀ ਦੇ ਨਾਲ ਸੰਬੰਧਿਤ ਹੈ ਤੇ ਉਹਨਾਂ ਦੀ 60 ਸਾਲ تک কনসিডার ਕੀਤੀ ਜਾਏਗੀ। ਔਰ ਐਕਸ ਸਰਵਿਸਮੈਨ ਆਫ ਪੰਜਾਬ ਡੋਮੋਸਾਈਲ ਸ਼ਲ ਬੀ ਅਲਾਉਡ ਟੂ ਡਿਡਕਟ ਦਾ ਪੀਰੀਅਡ ਆਫ ਦੀ ਸਰਵਿਸ ਇਨ ਦਾ ਆਰਮ ਫੋਰਸ ਯੂਨੀਅਨ ਫੋਰਸ ਐਂਡ ਐਕਚੁਅਲੀ ਰਿਜ਼ਲਟੈਂਟਸ ਇਸ ਇਹ ਜਿਹੜੀ ਰਿਲੈਕਸੇਸ਼ਨ ਹੈ ਇਸ ਦੀ ਇਹ ਜਿਹੜੇ ਪੰਜਾਬ ਦੇ ਵਸਨੀਕ ਹੈ ਉਹਨਾਂ ਨੂੰ ਹੀ ਮਿਲੇਗੀ ਉਸ ਤੋਂ ਬਾਅਦ ਅਪਰ ਏ ਇਸ ਰਿਲੈਕਸੇਸ਼ਨ ਹੈ 42 ਇਅਰ ਫਾਰ ਵਿਡੋ ਜਾਂ ਡਿਵੋਰਸਸ ਐਂਡ ਸਰਟਨ ਅਦਰ ਕੈਟਾਗਰੀਜ਼ ਆਫ ਔਮਨ ਜਾਂ ਉਸ ਤੋਂ ਬਾਅਦ ਅਪਰ ਇਸ ਲਿਮਿਟ ਜਿਹੜੀ ਰਿਲੈਕਸੇਸ਼ਨ ਮਿਲੇਗੀ 47 ਇਅਰ ਤੱਕ ਪਰਸਨ ਵਿਦ ਡਿਸੇਬਿਲਟੀ ਆਫ ਪੰਜਾਬ ਉਹ ਕੈਂਡੀਡੇਟ ਪੰਜਾਬ ਦਾ ਹੋਣਾ ਚਾਹੀਦਾ ਹੈ ਨੈਕਸਟ ਜੀ ਕੰਪੀਟੀਟਿਵ ਐਗਜ਼ਾਮੀਨੇਸ਼ਨ ਫਾਰ ਸਿਲੈਕਸ਼ਨ ਦ ਰਿਟਰਨ ਕੰਪੀਟੀਟਿਵ ਐਗਜ਼ਾਮੀਨੇਸ਼ਨ ਫਾਰ ਦ ਪੋਸਟ ਵਿਲ ਬੀ ਸ਼ਡੂਲਡ ਟੈਂਟੇਟਿਵਲੀ ਇਨ ਜਨਵਰੀ 2021 ਦ ਪ੍ਰੋਸੀਜਰ ਫਾਰ ਕੰਪੀਟੀਟਿਵ ਐਗਜ਼ਾਮੀਨੇਸ਼ਨ ਫਾਰ ਸਿਲੈਕਸ਼ਨ ਆਫ ਕੈਂਡੀਡੇਟ ਫਾਰ 81 ਪੋਸਟ ਆਫ ਜੂਨੀਅਰ ਇੰਜੀਨੀਅਰ ਐਂਡ 4 ਪੋਸਟ ਆਫ ਜੂਨੀਅਰ ਇੰਜੀਨੀਅਰ ਮੈਕੈਨਿਕਲ অর ਇਲੈਕਟ੍ਰੀਕਲ ਇਸ ਜਿਹੜਾ ਕੰਪੀਟੀਟਿਵ ਐਗਜ਼ਾਮ ਨਾ ਜੀ ਉਹ ਹੋਣਾ ਜੀ ਟੋਟਲ 300 ਨੰਬਰ ਦਾ ਔਰ ਇਸ ਦਾ ਜਿਹੜਾ ਪੈਟਰਨ ਹੈ ਕੁਐਸਚਨ ਫਰੋਮ ਦਾ ਸਿਲੇਬਸ ਆਫ ਦਾ ਸਬਜੈਕਟ ਸੋ ਨੰਬਰ ਦਾ ਆਏਗਾ ਕੁਐਸਚਨ ਫਰੋਮ ਦਾ ਲੌਜੀਕਲ ਰੀਜ਼ਨਿੰਗ ਜਾਂ ਮੈਂਟਲ ਅਬਿਲਟੀ ਹੋਏਗੀ ਬੀ ਨੰਬਰ ਦੀ ਔਰ 120 ਟੋਟਲ ਕੁਐਸਚਨ ਹੋਣਗੇ ਹਰ ਇੱਕ ਕੁਐਸਚਨ ਦਾ ਜਿਹੜੇ ਮਾਰਕਸ ਹੈ 2.5 2.5 ਯਾਨੀ ਕਿ 2.5 ਔਰ 2 ਘੰਟੇ ਦਾ ਟਾਈਮ ਹੋਏਗਾ ਔਰ ਟੋਟਲ ਮਾਰਕਸ ਬਣ ਜਾਣਗੇ ਸਾਡੇ ਕੋਲ ਜੀ 300 ਮਾਰਕਸ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਗੱਲ ਇਸ ਵਿੱਚ ਇਹ ਹੈ ਕਿ ਨੋ ਇੰਟਰਵਿਊ ਸ਼ਲ ਬੀ ਕੰਡਕਟਡ ਫॉर ਸਿਲੈਕਸ਼ਨ ਆਫ ðiਸ ਪੋਸਟ ਟੈਸਟ ਤੋਂ ਬਾਅਦ ਮੈਰਿਟ ਬਣਾਈ ਜਾਏਗੀ ਉਸ ਦੇ ਵਿੱਚ ਕੋਈ ਵੀ ਜਿਹੜੀ ਇੰਟਰਵਿਊ ਹੈ ਉਹ ਕੰਡਕਟ ਨਹੀਂ ਕੀਤੀ ਜਾਏਗੀ ਉਸ ਤੋਂ ਬਾਅਦ ਇਸ ਟੈਸਟ ਦੀ ਜਿਹੜੀ ਐਲੀਜੀਬਿਲਟੀ ਹੈ ਕਹਿੰਦੇ ਕਿ ਨੋ ਕੈਂਡੀਡੇਟ ਸ਼ਲ ਬੀ ਐਲੀਜੀਬਲ ਟੂ ਬੀ ਪੁਆਇੰਟ ਅਨਲੈਸ ਹੀ ਓਬਟੇਨਡ 45% ਜਿਹੜੇ ਹੈ ਮਾਰਕਸ ਉਨੂੰ ਇਸ ਰਿਟਰਨ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਲੈਣੇ ਪੈਣਗੇ ਉਹ 40% ਉਹਨਾਂ ਕੈਂਡੀਡੇਟ ਨੂੰ ਲੈਣੇ ਲੈਣੇ ਪੈਣਗੇ ਜਿਹੜੇ ਕਿ ਸ਼ਡਿਊਲ ਕਾਸਟ ਜਾਂ ਬੈਕਵਰਡ ਕਲਾਸ ਦੇ ਨਾਲ ਸੰਬੰਧਿਤ ਹੈ ਉਸ ਤੋਂ ਬਾਅਦ देयर विल बी નોਨ 네ਗਟਿਵ ਮਾਰਕਿੰਗ ਇਨ ਦਾ ਰਿਟਰਨ ਟੈਸਟ ਫਾਰ ਦਾ ਕੁਐਸਚਨ ਰੋਂਗਲੀ ਆਨਸਰ অর ਦਾ ਕੁਐਸਚਨ ਨਾਟ ਆਨਸਰ ਇਸ ਦੇ ਵਿੱਚ ਜਿਹੜੀ ਨੈਗੇਟਿਵ ਮਾਰਕਿੰਗ ਹੈ ਉਹ ਨਹੀਂ ਕੀਤੀ ਜਾਵੇ। ਨੈਕਸਟ ਪੁਆਇੰਟ ਹੈ ਜੀ ਸਬਮਿਸ਼ਨ ਆਫ ਅਪਲੀਕੇਸ਼ਨ ਫਾਰਮ। ਅਪਲੀਕੇਸ਼ਨ ਫਾਰਮ ਜਿਹੜਾ ਹੈ ਓਨਲੀ ਔਨਲਾਈਨ ਅਪਲਾਈ ਕਰਾਂਗੇ ਇਸ ਲਿੰਕ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਰਜਿਸਟ੍ਰੇਸ਼ਨ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਉਹ ਹੈ ਜੀ 18 12 2020 ਰਾਤ 12:00 ਵਜੇ ਤੱਕ। ਔਰ ਇਸ ਦੀ ਫੀਸ ਜਮ੍ਹਾਂ ਕਰਾਉਣ ਦੀ ਡੇਟ ਹੈ ਜੀ 28 12 2020। नेक्स्ट है uh, कुछ हैं है मे रेंडर ए कैंडीडेट इनलीजिबल जिस कारण जो कैंडीडेट इनलीजिबल हो सकता अगर है अगर इनसफिशिएंट फीस है इनसफिशिएंट फीस यानी कि फीस प्रॉपरली फिल नहीं की गई या एप्लीकेशन फीस डिपोजिट बाई मीनस ऑफ अदर दैन बैंक चलान ऑफ प्रिंट आउट ऑफ द ऑनलाइन एप्लीकेशन या रोंोंग या इनकम्पलीट इनफ इनफॉर्मेन गिवन इन द एप्लीकेशन या नॉन फुलफिलमेंट ऑफ एनी एलीजिबिली कंडीशन इनकलीड इन इनकलूडिंग दोज ऑफ एज एंड एजुकेशन क्वालिफिशन उन्हों क्वालिफिकेशन जी है फुलफिल होनी चाहिए कैंडीडेट अपलाई करे अगर उन्होंशन फुलफिल नहीं होएगी तो कैंडीडेट नीजिबल मनिया जाएगा उसद तो कुछ होर भी ਇੰਪੋਰਟੈਂਟ ਨੋਟਸ ਦਿੱਤੇ ਗਏ ਜਿਵੇਂ ਕਿ ਵਨ ਸ਼ਡਿਊਲ ਕਾਸਟ ਬੈਕਵਰਡ ਕਲਾਸ ਐਕਸ ਸਰਵਿਸਮੈਨ ਪਰਸਨ ਵਿਦ ਡਿਸੇਬਿਲਟੀ ਫਰੀडम फाइਟਰ ਐਟ ਸਪੋਰਟਸ ਪਰਸਨ ਆਫ ਪੰਜਾਬ ਡੋਮੋਸਾਈਲ ਆਰ एलिजिबल ਫਾਰ ਦਾ ਬੈਨੀਫਿਟ ਆਫ ਦਾ ਰਿਜ਼ਰਵੇਸ਼ਨ ਜਿਹੜਾ ਪੰਜਾਬ ਦਾ ਕੈਂਡੀਡੇਟ ਹੀ ਹੋਏਗਾ ਉਹੀ ਜਿਹੜਾ ਰਿਜ਼ਰਵੇਸ਼ਨ ਵਾਸਤੇ ਐਪਲੀਕੇਬਲ ਹੋਏਗਾ ਬਾਕੀ ਤੁਸੀਂ ਇਹ ਇਨਸਟਰਕਸ਼ਨਾਂ ਨੂੰ ਤੁਸੀਂ ਰੀਡ ਕਰ ਸਕਦੇ ਹੋ ਉਸ ਤੋਂ ਬਾਅਦ نیچے ਜੀ ਇਹ ਕੋਡ ਹੈ ਕੈਟਾਗਰੀ ਐਂਡ ਕੈਟਾਗਰੀ ਕੋਡ ਕੈਟਾਗਰੀਸ ਦਾ 71 ਹੈ ਇਹ ਕੈਟਾਗਰੀ ਦਾ ਨੇਮ ਹੈ ਜੀ ਜਨਰਲ ਕੈਟਾਗਰੀ ਦਾ 71 ਹੋ ਗਿਆ 72 ਹੋ ਗਿਆ ای ایس ਐਮ ਦਾ ਕੋਡ ਇਹ ਉੱਪਰ ਵੀ ਜਿਹੜਾ ਅਸੀਂ ਮੈਂਸ਼ਨ ਕੀਤਾ ਤਾਂ ਸੀ ਉਹਦੇ ਵਿੱਚ ਰੀਡ ਕਰ ਚੁੱਕੇ ਤੇ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਵੀਡੀਓ ਨੂੰ ਲਾਈਕ ਕੋਲ ਸ਼ੇਅਰ ਜ਼ਰੂਰ ਕਰਨਾ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਾਈ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੈ ਹਿੰਦ